ਗੱਲ ਕਰਾਂਗੇ ਬਟਾਲਾ ਪ੍ਰਸ਼ਾਸਨ ਦੇ ਵੱਲੋਂ ਮਾਮਲਿਆਂ ਨੂੰ ਵੱਧਦੇ ਦੇਖ ਕੁਝ ਇਲਾਕੇ ਜਿਹੜੇ ਆ ਉਹ ਲੋਕਡਾਊਨ ਕਰ ਦਿੱਤੇ ਗਏ ਆ 1 ਅਗਸਤ ਤੱਕ ਇਲਾਕੇ ਲੋਕਡਾਊਨ ਰਹਿਣਗੇ ਸਿਰਫ ਜ਼ਰੂਰੀ ਸਮਾਨ ਦੀ ਸਪਲਾਈ ਜਿਹੜੀ ਆ ਉਹੀ ਜਾਰੀ ਰੱਖੀ ਜਾ ਸਕੇਗੀ ਇਸ ਤੋਂ ਇਲਾਵਾ ਬਾਕੀ ਚੀਜ਼ਾਂ ਜਿਹੜੀਆਂ ਉਹਨਾਂ ਤੇ ਉੱਤੇ ਪਾਬੰਦੀ ਹੋਵੇਗੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਮਾਮਲੇ ਵੱਧ ਰਹੇ ਸੀ ਔਰ ਬਟਾਲਾ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਗਿਣਤੀ ਵੱਧ ਰਹੀ ਹੈ ਕੋਰੋਨਾ ਦੇ ਪੀੜਤਾਂ ਦੀ ਹੁਣ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲੈਂਦੇ ਆ ਕੁਝ ਇਲਾਕੇ ਜਿਹੜੇ ਨੇ ਮੁਕੰਮਲ ਤੌਰ ਤੇ ਲੋਕਡਾਊਨ ਕਰ ਦਿੱਤੇ ਗਏ ਆ 1 ਅਗਸਤ ਤੱਕ ਇਲਾਕੇ ਲੋਕਡਾਊਨ ਰਹਿਣਗੇ ਸਿਰਫ ਜ਼ਰੂਰੀ ਸਮਾਨ ਦੀ ਸਪਲਾਈ ਹੀ ਜਾਰੀ ਰਹੇਗੀ ਮਾਮਲੇ ਲਗਾਤਾਰ ਵੱਧ ਰਹੇ ਨੇ ਕੀ ਸਥਿਤੀ ਹੈ ਸਾਡੇ ਸਹਿਯੋਗੀ ਭੋਪਾਲ ਸਿੰਘ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਤੋਂ ਜਾਣਦੇ ਆ ਭੋਪਾਲ ਸਿੰਘ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਮਾਮਲੇ ਵੱਧ ਰਹੇ ਨੇ ਲਗਾਤਾਰ ਔਰ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਗਿਣਤੀ ਹੈ ਕੋਰੋਨਾ ਪੀੜਤਾਂ ਦੀ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਕੀ ਪ੍ਰਸ਼ਾਸਨ ਦਾ ਫੈਸਲਾ ਆ ਔਰ ਕਿੰਨਾ ਟਾਈਮ ਜਿਹੜਾ ਇਹ ਲੋਕਡਾਊਨ ਲਗਾਉਣ ਦੀ ਗੱਲ ਕਹੀ ਗਈ ਹੈ ਜਤਿੰਦਰ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਕੋਰੋਨਾ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੀ ਵੀ ਜਿਹੜੀ ਸਥਿਤੀ ਹੈ ਉਹ ਗੰਭੀਰ ਬੰਦੀ ਦਿਖਾਈ ਦੇ ਰਹੀ ਹੈ ਬੀਤੇ ਦਿਨੀ 3 ਲੋਕਾਂ ਦੀ ਮੌਤ ਹੋ ਗਈ ਹੈ ਕੋਰੋਨਾ ਦੇ ਨਾਲ ਜੋ ਕਿ 2 ਦੀਨਾਨਗਰ ਹਲਕੇ ਤੋਂ ਨੇ ਅਤੇ 1 ਗੁਰਦਾਸਪੁਰ ਤੋਂ ਨੇ ਤਾਂ ਇਹਨਾਂ ਮੌਤਾਂ ਦੇ ਨਾਲ ਹੀ ਜ਼ਿਲ੍ਹੇ ਦੇ ਵਿੱਚ 17 ਦੇ ਕਰੀਬ ਮੌਤਾਂ ਦੀ ਗਿਣਤੀ ਪਹੁੰਚ ਚੁੱਕੀ ਹੈ ਜਿਹੜੇ ਕੋਰੋਨਾ ਦੇ ਕਾਰਨ ਮੌਤਾਂ ਹੋਈਆਂ ਨੇ ਤਾਂ ਹੁਣ ਜੇ ਗੱਲ ਕੀਤੀ ਜਾਵੇ ਤਾਂ 413 ਹੁਣ ਤੱਕ ਜ਼ਿਲ੍ਹੇ ਦੇ ਵਿੱਚ ਕੋਰੋਨਾ ਪੋਜ਼ਿਟਿਵ ਮਰੀਜ਼ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 301 ਜਿਹੜੇ ਮਰੀਜ਼ ਨੇ ਉਹ ਠੀਕ ਹੋ ਕੇ ਵਾਪਸ ਜਾ ਚੁੱਕੇ ਨੇ 17 ਦੀ ਮੌਤਾਂ ਹੋ ਚੁੱਕੀਆਂ ਨੇ ਬਾਕੀ ਹਾਲੇ ਜਿਹੜੇ ਨੇ ਉਹ ਇਲਾਜ ਅਧੀਨ ਨੇ ਜ਼ਿਲ੍ਹਾ ਗੁਰਦਾਸਪੁਰ 'ਚ ਅਤੇ ਅੰਮ੍ਰਿਤਸਰ ਔਰ ਜਲੰਧਰ ਦੇ ਵਿੱਚ ਜੀ ਜੇ ਗੱਲ ਕੀਤੀ ਜਾਵੇ ਕੰਟੇਨਮੈਂਟ ਜ਼ੋਨ ਦੀ ਤਾਂ ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦਾ ਜਿਹੜਾ ਬਟਾਲਾ ਸ਼ਹਿਰ ਹੈ ਉਹ ਬਿਲਕੁਲ ਹਾਈ ਰਿਸਕ ਜ਼ੋਨ ਦੇ ਉੱਤੇ ਹੈ ਅਤੇ ਪ੍ਰਸ਼ਾਸਨ ਦੇ ਵੱਲੋਂ ਉਸਦੇ ਕੁਛ ਮੁਹੱਲੇ ਜਿਹੜੇ ਨੇ ਬਟਾਲਾ ਦੇ ਉਹ ਸੀਲ ਕਰ ਦਿੱਤੇ ਨੇ ਜਤਿੰਦਰ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਮੁਹੱਲਿਆਂ ਦੇ ਵਿੱਚ ਜਿਹੜਾ ਨਾਮ ਸਭ ਤੋਂ ਮੇਨ ਆਉਂਦਾ ਹੈ ਉਹ ਨਿਰੰਜਨ ਐਵੀਨਿਊ ਡੇਰਾ ਬਾਬਾ ਨਾਨਕ ਰੋਡ ਓਹਰੀ ਚੌਂਕ ਕ੍ਰਿਸ਼ਨਾ ਨਗਰ ਹਾਥੀ ਗੇਟ ਧੀਰਾ ਮੁਹੱਲਾ ਬਜਰੰਗ ਭਵਨ ਕਿਲ੍ਹਾ ਮੰਡੀ ਭੰਡਾਰੀ ਗੇਟ ਉਮਰਪੁਰਾ ਤੇ ਇਸ ਦੇ ਨਾਲ ਬਟਾਲਾ ਤਹਿਸੀਲ ਦੇ ਅੰਦਰ ਕੁਛ ਜਿਹੜੇ ਪਿੰਡ ਆਉਂਦੇ ਨੇ ਉਹਨਾਂ ਨੂੰ ਵੀ ਕੰਟੇਨਮੈਂਟ ਜ਼ੋਨ ਕਰ ਦਿੱਤਾ ਗਿਆ ਘੋਸ਼ਿਤ ਤੇ ਲੋਕਡਾਊਨ ਕਰ ਦਿੱਤਾ ਗਿਆ ਉਹਨਾਂ ਪਿੰਡਾਂ ਦੇ ਵਿੱਚ ਨੇ ਕੀੜੀ ਅਫਗਾਨਾ ਰੋੜੀ ਖੋਜਕੀਪੁਰ ਘੁੰਮਣ ਕਲਾ ਜੋੜਾ ਸਿੰਘਾ ਇਹਨਾਂ ਸਾਰੀ ਜਗ੍ਹਾ ਨੂੰ ਜਿਹੜਾ ਹੈ ਉਹ ਲੋਕਡਾਊਨ ਕਰ ਦਿੱਤਾ ਗਿਆ ਹੈ ਤੇ 1 ਅਗਸਤ ਤੱਕ ਇਹ ਲੋਕਡਾਊਨ ਜਾਰੀ ਰਹੇਗਾ ਨਾ ਹੀ ਇਹਦੇ ਅੰਦਰ ਕੋਈ ਦੁਕਾਨ ਖੁੱਲ ਸਕਦੀ ਹੈ ਨਾ ਹੀ ਕੋਈ ਜਾ ਸਕਦਾ ਹੈ ਨਾ ਹੀ ਕੋਈ ਆ ਸਕਦਾ ਹੈ ਸਿਰਫ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਚਾਹੇ ਉਹ ਦੁੱਧ ਹੋ ਗਿਆ ਜਾਂ ਸਬਜ਼ੀ ਹੋ ਗਈਆਂ ਉਹ ਹੀ ਕੇਵਲ ਇਹਨਾਂ ਮੁਹੱਲਿਆਂ ਦੇ ਵਿੱਚ ਇਹਨਾਂ ਪਿੰਡਾਂ 'ਚ ਜਾ ਸਕਦੀਆਂ ਨੇ ਤਾਂ ਇਹ 1 ਅਗਸਤ ਤੱਕ ਜਿਹੜੇ ਨੇ ਸਾਰੇ ਆਰਡਰ ਜਾਰੀ ਰਹਿਣਗੇ ਜਤਿੰਦਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਸ ਵੇਲੇ ਬਟਾਲਾ ਤਹਿਸੀਲ ਇੱਕ ਐਸੀ ਤਹਿਸੀਲ ਹੈ ਜਿਹੜੀ ਹਾਈ ਰਿਸਕ ਜ਼ੋਨ ਦੇ ਉੱਤੇ ਆ ਚੁੱਕੀ ਹੈ ਜੀ ਭੋਪਾਲ ਸਿੰਘ ਇੱਕ ਚੀਜ਼ ਹੋਰ ਜਾਣਨੀ ਚਾਹਾਂਗੇ ਜਿਸ ਤਰ੍ਹਾਂ ਇਹਨਾਂ ਇਲਾਕਿਆਂ ਦੇ ਵਿੱਚ ਜੋ ਲੋਕ ਰਹਿੰਦੇ ਆ ਜਾਂ ਫਿਰ ਜੋ ਕੰਟੇਨਮੈਂਟ ਜ਼ੋਨ ਲਾਣੇ ਗਏ ਆ ਉਹਨਾਂ ਦੇ ਵਿੱਚ ਜੋ ਲੋਕ ਰਹਿੰਦੇ ਹੋਣਗੇ ਜੇਕਰ ਉਹ ਕੰਮਕਾਰ ਵਾਲੇ ਆ ਬਾਹਰ ਉਹਨਾਂ ਦਾ ਕੰਮਕਾਰ ਹੈ ਤਾਂ ਫਿਰ ਕੀ ਉਹ ਕੰਮਕਾਰ ਦੇ ਲਈ ਜਾ ਸਕਦੇ ਆ ਜਾਂ ਉਹਨਾਂ 'ਤੇ ਵੀ ਪਾਬੰਦੀ ਹੈ ਕਿ ਕਿਤੇ ਵੀ ਨਹੀਂ ਜਾ ਸਕਦੇ ਜੀ ਬਿਲਕੁਲ ਜਤਿੰਦਰ ਜਿਨ੍ਹਾਂ ਦੇ ਕੰਮ ਕਾਜ ਇਹਨਾਂ ਮੁਹੱਲਿਆਂ ਤੋਂ ਜਿਹੜੇ ਕੰਟੇਨਮੈਂਟ ਜ਼ੋਨ ਬਣੇ ਹੋਏ ਨੇ ਉਹਨਾਂ ਏਰੀਏ ਤੋਂ ਬਾਹਰ ਨੇ ਉਹ ਲੋਕ ਆਪਣੇ ਕੰਮ ਕਾਰ 'ਤੇ ਜਾ ਸਕਦੇ ਨੇ ਉਹਨਾਂ ਦਾ ਜਾਣ ਲੱਗਿਆਂ ਵੀ ਚੈੱਕਅਪ ਹੋਏਗਾ ਅਤੇ ਵਾਪਸ ਆਉਣ ਲੱਗਿਆਂ ਵੀ ਚੈੱਕਅਪ ਹੋਏਗਾ ਅਤੇ ਉਹੀ ਲੋਕ ਜਾ ਕੇ ਬਾਹਰ ਜਾ ਕੇ ਕੰਮ ਕਰ ਸਕਦੇ ਨੇ ਬਾਕੀ ਦੂਸਰੀ ਗੱਲ ਇੱਕ ਹੋਰ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਜਤਿੰਦਰ ਕਿ ਇਹ ਜਿੰਨੇ ਵੀ ਮੁਹੱਲੇ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਜਿੱਥੇ ਲੋਕਡਾਊਨ ਲਗਾਇਆ ਗਿਆ 1 ਅਗਸਤ ਤੱਕ ਇਹ ਬਟਾਲਾ ਸ਼ਹਿਰ ਦੇ ਮੇਨ ਮੁਹੱਲੇ ਹਨ ਸਭ ਤੋਂ ਅਹਿਮ ਮੁਹੱਲੇ ਹਨ ਸਭ ਤੋਂ ਜਿਹੜੀਆਂ ਜੇ ਕਹਿ ਲਈਏ ਤਾਂ ਸਭ ਤੋਂ ਜ਼ਿਆਦਾ ਲੋਕ ਇਹਨਾਂ ਮੁਹੱਲਿਆਂ ਦੇ ਵਿੱਚ ਰਹਿੰਦੇ ਹਨ ਅਤੇ ਸਭ ਤੋਂ ਜ਼ਿਆਦਾ ਬਿਜੀ ਰਹਿਣ ਵਾਲੇ ਮੁਹੱਲੇ ਹਨ ਡੇਰਾ ਬਾਬਾ ਨਾਨਕ ਜੋ ਰੋਡ ਹੈ ਉਹ ਮੇਨ ਰੋਡ ਹੈ ਬਟਾਲਾ ਦੀ ਸਭ ਤੋਂ ਵੱਡਾ ਬਾਜ਼ਾਰ ਉਸ ਰੋਡ ਦੇ ਉੱਪਰ ਹੈ ਅਤੇ ਡੇਰਾ ਬਾਬਾ ਨਾਨਕ ਸਰਹੱਦ ਤੱਕ ਉਹ ਰੋਡ ਪਹੁੰਚਦੀ ਹੈ ਤੇ ਉਹ ਸਾਰਾ ਹੀ ਏਰੀਆ ਜਿਹੜਾ ਹੈ ਉਹ ਲੋਕਡਾਊਨ ਕਰ ਦਿੱਤਾ ਗਿਆ ਹੈ ਕੰਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ 1 ਅਗਸਤ ਤੱਕ ਤਾਂ ਇਹ ਜਿੰਨੇ ਵੀ ਇਲਾਕੇ ਬਟਾਲਾ ਦੇ ਸੀਲ ਕੀਤੇ ਗਏ ਨੇ ਸਾਰੇ ਮੇਨ ਇਲਾਕੇ ਹਨ ਤਾਂ ਸਭ ਤੋਂ ਅਹਿਮ ਲੋਕ ਜਿਹੜੇ ਨੇ ਬਟਾਲੇ ਦੇ ਉਹ ਇਹਨਾਂ ਇਲਾਕਿਆਂ 'ਚ ਰਹਿੰਦੇ ਨੇ ਜੀ 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 ਭੋਪਾਲ ਸਿੰਘ ਤਮਾਮ ਜਾਣਕਾਰੀ ਦੇ ਲਈ ਸ਼ੁਕਰੀਆ